जी बच्चों, पंजाबी विरसा जमात नौवीं पंजाबी दी पाठ पुस्तक भाग दूजा जिहड़ा कि आपां पहला कहानियां वाला कीता उहदे विच दंत कथा पूरन भगत पहला यानी कि भाग दूजे दा पूरन भगत कहानी पढ़ांगे। राजा सलवान सियालकोट दा राजा सी। इच्छरा ते लूणा उस दियां दो पत्नियां सन। इच्छरा दी कुखों बालक पूरन ने जदों जन्म लिया तां ज्योतिषां ने वहम भरम पा दिता कि इह बालक 12 ਸਾਲਾਂ ਤੱਕ ਪਰਿਵਾਰ ਲਈ ਅਸ਼ੁਭ ਹੋਵੇਗਾ। ਰਾਜਾ ਇਹ ਸੁਣਦਿਆਂ ਪਰੇਸ਼ਾਨ ਹੋ ਗਿਆ। ਕਾਫੀ ਵਿਚਾਰ ਕਰਨ ਬਾਅਦ ਉਸਨੇ ਸੋਚਿਆ ਕਿ ਕਿਉਂ ਨਾ ਇਸ ਨੂੰ 12 ਵਰੇ ਭੋਰੇ ਵਿੱਚ ਰੱਖਿਆ ਜਾਵੇ। ਉਸਨੇ ਆਪਣੇ ਕਰਦਿਆਂ ਨੂੰ ਹੁਕਮ ਦਿੱਤਾ ਕਿ ਇਸ ਨੂੰ 12 ਵਰੇ ਭੋਰੇ ਵਿੱਚ ਰੱਖ ਦਿੱਤਾ ਜਾਵੇ। ਉਹਨਾਂ ਨੇ ਹੁਕਮ ਮੰਨਦਿਆਂ ਅਜਿਹਾ ਹੀ ਕੀਤਾ। ਇੰਝ ਉਹ ਬਾਲਕ 12 ਵਰੇ ਭੋਰੇ ਵਿੱਚ ਹੀ ਪਲਿਆ। 12 ਵਰੇ ਬੀਤਣ ਬਾਅਦ ਜਿਉਂ ਹੀ ਉਹ ਭੋਰੇ ਵਿੱਚ ਬਾਹਰ ਆ ਕੇ ਪਿਤਾ ਸਲਵਾਨ ਨੂੰ ਮਿਲਣ ਗਿਆ ਤਾਂ ਪੁੱਤ ਨੂੰ ਵੇਖ ਕੇ ਪਿਤਾ ਨੂੰ ਚਾਅ ਚੜ ਗਿਆ। ਉਸਨੇ ਪੂਰਨ ਨੂੰ ਕਿਹਾ, ਜਾ ਬੱਚਾ, ਪਹਿਲਾਂ ਆਪਣੀਆਂ ਮਾਵਾਂ ਨੂੰ ਮਿਲ ਕੇ ਆ। ਪਹਿਲਾਂ ਰਾਣੀ ਲੂਣਾ ਕੋਲ ਜਾਵੀਂ, ਫਿਰ ਰਾਣੀ ਇੱਛਰਾ ਕੋਲ। ਦੋਨਾਂ ਦਾ ਪਿਆਰ ਆਸ਼ੀਰਵਾਦ ਲੈ ਖੁਸ਼ ਰਹੇ। ਆਪਣੇ ਪਿਤਾ ਦੀ ਆਗਿਆ ਦਾ ਪਾਲਣ ਕਰਦੇ ਹੋਏ ਜਿਉਂ ਹੀ ਪੂਰਨ ਮਾਂ ਲੂਣਾ ਕੋਲ ਪਹੁੰਚਿਆ, ਉਹ ਜਵਾਨ ਸੁੰਦਰ ਪੂਰਨ ਨੂੰ ਦੇਖ ਕੇ ਉਸ ਉੱਪਰ ਮੋਹਿਤ ਹੋ ਗਈ ਅਤੇ ਉਹ ਉਸ ਨੂੰ ਪੁੱਤ ਦੀ ਬਜਾਏ ਪ੍ਰੇਮੀ ਸਮਝਣ ਲੱਗੀ। ਪੂਰਨ ਨੂੰ ਇਹ ਦੇਖ ਕੇ ਨਿਰਾਸ਼ਾ ਹੋਈ। ਉਹ ਨਿਰਾਸ਼ ਹੋ ਕੇ ਲੂਣਾ ਦੇ ਮਹਿਲ ਵਿੱਚੋਂ ਭੱਜ ਆਇਆ। ਲੂਣਾ ਨੇ ਇਸ ਦਾ ਬੁਰਾ ਮਨਾਇਆ ਅਤੇ ਬਦਲਾ ਲੈਣ ਬਾਰੇ ਸੋਚਣ ਲੱਗੀ। ਜਿਉਂ ਹੀ ਪੂਰਨ ਲਈ ਕੱਪੜੇ ਪਾੜ ਲਏ, ਉੱਚੀ ਉੱਚੀ ਰੋਣ ਲੱਗੀ। ਸਲਵਾਨ ਨੇ ਪੁੱਛਿਆ, ਕੀ ਹੋਇਆ ਲੂਣਾ, ਤੂੰ ਰੋ ਕਿਉਂ ਰਹੀ ਹੈ? ਲੂਣਾ ਨੇ ਝੂਠੀ ਕਹਾਣੀ ਘੜੀ ਅਤੇ ਕਹਿਣ ਲੱਗੀ, ਰਾਜਾ ਜੀ, ਪੂਰਨ ਮੇਰੀ ਸੁੰਦਰਤਾ ਵੇਖ ਕੇ ਮਾਂ ਪੁੱਤ ਦੀ ਮਰਿਆਦਾ ਭੁੱਲ ਬੈਠਾ। ਇਤਨੀ ਗੱਲ ਸੁਣਦਿਆਂ ਹੀ ਰਾਜੇ ਦਾ ਗੁੱਸਾ ਭੱਕ ਗਿਆ। ਉਸ ਨੇ ਝਾਟੀ ਜਲਾਦਾਂ ਨੂੰ ਬੁਲਾ ਕੇ ਹੁਕਮ ਦਿੱਤਾ ਕਿ ਪੂਰਨ ਨੂੰ ਜਾਨੋਂ ਮਾਰ ਕੇ ਖੂਹ ਵਿੱਚ ਸੁੱਟ ਦਿੱਤਾ ਜਾਵੇ। ਪੂਰਨ ਵਿਚਾਰਾ ਨਿਰਦੋਸ਼ ਸੀ, ਜਲਾਦ ਇਹ ਜਾਣਦੇ ਸੀ। ਉਹਨਾਂ ਨੇ ਪੂਰਨ ਨੂੰ ਜਾਨੋਂ ਮਾਰਨ ਦੀ ਬਜਾਏ ਉਸ ਦੇ ਹੱਥ ਪੈਰ ਵੱਢ ਕੇ ਉਹਨਾਂ ਖੂਹ ਵਿੱਚ ਸੁੱਟ ਦਿੱਤਾ। ਖੂਹ ਨਾਲ ਲਿਬੜੇ ਕੱਪੜੇ ਰਾਜੇ ਨੂੰ ਦਿਖਾ ਦਿੱਤੇ ਤਾਂ ਜੋ ਰਾਜੇ ਨੂੰ ਸੰਤੁਸ਼ਟੀ ਹੋ ਕੇ ਹੋ ਸਕੇ। ਜਾਂ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਕਹਾਵਤ ਵਾਂਗ ਕੁਦਰਤੀ ਉੱਥੋਂ ਜੋਗੀਆਂ ਦੀ ਟੋਲੀ ਖੂਹ ਕੋਲੋਂ ਲੰਘੀ। ਉਹਨਾਂ ਨੇ ਖੂਹ ਵਿੱਚੋਂ ਕਿਸੇ ਦੇ ਚੀਕਣ ਦੀ ਆਵਾਜ਼ ਸੁਣੀ। ਪੂਰਨ ਨੇ ਹੱਡ ਬੀਤੀ ਸੁਣਾਈ, ਯਾਨੀ ਜਿਹੜੀ ਕਿ ਉਸ ਦੇ ਨਾਲ ਬੀਤੀ ਸੀ। ਗੁਰੂ ਗੋਰਖਨਾਥ ਨੇ ਪੂਰਨ ਨੂੰ ਕਿਹਾ, ਜੇਕਰ ਤੂੰ ਸੱਚਾ ਹੈ ਤਾਂ ਮੈਂ ਤੇਰਾ ਇਮਤਿਹਾਨ ਲਵਾਂਗਾ। ਪੂਰਨ ਨੇ ਪੁੱਛਿਆ, ਕੀ ਦੱਸੋ, ਕੀ ਇਮਤਿਹਾਨ ਲੈਣਾ? ਗੋਰਖਨਾਥ ਨੇ ਕਿਹਾ, ਮੈਂ ਸੂਤ ਦਾ ਕੱਚਾ ਧਾਗਾ ਖੂਹ 'ਚ ਲਮਕਾਉਂਦਾ ਹਾਂ, ਜੇਕਰ ਤੂੰ ਬਾਹਰ ਆ ਗਿਆ ਤਾਂ ਸੱਚਾ ਹੈ, ਨਹੀਂ ਤਾਂ ਝੂਠਾ ਹੈ। ਉਸ ਨੇ ਹਾਂ ਕਰ ਦਿੱਤੀ ਅਤੇ ਉਹ ਹੌਲੀ ਹੌਲੀ ਖੂਹ ਤੋਂ ਬਾਹਰ ਆ ਗਿਆ। ਉਸ ਦੀ ਸੱਚਾਈ ਵੇਖ ਕੇ ਗੋਰਖਨਾਥ ਨੇ ਉਸ ਨੂੰ ਠੀਕ ਕਰ ਦਿੱਤਾ। ਗੋਰਖਨਾਥ ਤੋਂ ਆਸ਼ੀਰਵਾਦ ਲੈ ਕੇ ਪੂਰਨ ਜੋਗੀ ਬਣ ਗਿਆ। ਜੋਗੀਆਂ ਨਾਲ ਰਹਿਣ ਕਰਕੇ ਉਹ ਰੋਜ਼ ਵੱਖ ਵੱਖ ਥਾਵਾਂ 'ਤੇ ਭਿੱਖਿਆ ਲੈਣ ਜਾਂਦਾ। ਇੱਕ ਦਿਨ ਰਾਣੀ ਸੁੰਦਰਾਂ ਦੇ ਘਰ ਭਿੱਖਿਆ ਮੰਗਣ ਗਿਆ ਤਾਂ ਉਹ ਪੂਰਨ ਨੂੰ ਵੇਖਦਿਆਂ ਹੀ ਸਭ ਕੁਝ ਭੁੱਲ ਬੈਠੀ। ਉਸਨੇ ਮੋਤੀਆਂ ਦਾ ਥਾਲ ਪੂਰਨ ਦੀ ਝੋਲੀ 'ਚ ਪਾ ਦਿੱਤਾ। ਗੋਰਖਨਾਥ ਨੇ ਪੂਰਨ ਦੀ ਭਿੱਖਿਆ ਦੇਖ ਕੇ ਕਿਹਾ, ਸਾਨੂੰ ਹੀਰੇ ਮੋਤੀ ਨਹੀਂ, ਭੋਜਨ ਚਾਹੀਦਾ ਹੈ। ਪੂਰਨ ਹੀਰੇ ਮੋਤੀ ਵਾਪਸ ਕਰਨ ਰਾਣੀ ਸੁੰਦਰਾਂ ਕੋਲ ਚਲਾ ਗਿਆ ਅਤੇ ਰਾਣੀ ਸੁੰਦਰਾਂ ਕੋਲ ਜਾ ਕੇ ਭੋਜਨ ਦੀ ਮੰਗ ਕੀਤੀ। ਸੁੰਦਰਾਂ ਨੇ ਤਰ੍ਹਾਂ ਤਰ੍ਹਾਂ ਦੇ ਭੋਜਨ ਤਿਆਰ ਕੀਤੇ ਅਤੇ ਗੋਰਖਨਾਥ ਦੇ ਟਿੱਲੇ ਤੋਂ ਆਣ ਪਹੁੰਚੀ। ਉਹਨਾਂ ਨੇ ਪਿਆਰ ਸਤਿਕਾਰ ਨਾਲ ਸਾਰਿਆਂ ਨੂੰ ਭੋਜਨ ਛਕਾਇਆ। ਉਸ ਦੀ ਸੇਵਾ ਭਾਵਨਾ ਵੇਖ ਕੇ ਗੋਰਖਨਾਥ ਵੀ ਹੈਰਾਨ ਰਹਿ ਗਿਆ। ਉਸਨੇ ਸੁੰਦਰਾਂ ਨੂੰ ਕਿਹਾ, ਕੋਈ ਵਰਦਾਨ ਮੰਗ। ਸੁੰਦਰਾਂ ਨੇ ਕਿਹਾ, ਤੁਹਾਡੀ ਕਿਰਪਾ ਹੋਵੇਗੀ, ਮੈਨੂੰ ਪੂਰਨ ਦੇ ਦਿਓ। ਗੋਰਖਨਾਥ ਨੇ ਖੁਸ਼ ਹੋ ਕੇ ਵਰਦਾਨ ਸਵੀਕਾਰ ਕਰ ਲਿਆ ਅਤੇ ਪੂਰਨ ਅਤੇ ਸੁੰਦਰਾਂ ਨੂੰ ਗ੍ਰਹਿਸਥੀ ਜੀਵਨ ਬਤੀਤ ਕਰਨ ਲਈ ਆਸ਼ੀਰਵਾਦ ਦਿੱਤਾ। ਪੂਰਨ ਨੂੰ ਇਹ ਸਾਰਾ ਕੁਝ ਅਜੀਬ ਜਿਹਾ ਲੱਗਿਆ। ਸੁੰਦਰਾਂ ਨੇ ਪੂਰਨ ਨੂੰ ਨਾ ਖੁਸ਼ ਵੇਖ ਕੇ ਮਾਯੂਸੀ ਮਹਿਸੂਸ ਕੀਤੀ ਅਤੇ ਪੂਰਨ ਵਾਪਸ ਗੋਰਖਨਾਥ ਕੋਲ ਆ ਗਿਆ। ਕਿੰਨੇ ਸਮੇਂ ਬਾਅਦ ਉਹ ਸਿਆਲਕੋਟ ਆਇਆ। ਹੁਣ ਸਾਰੇ ਉਸ ਨੂੰ ਭਗਤ ਪੂਰਨ ਕਹਿਣ ਲੱਗ ਪਏ ਸਨ। ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਉਹ ਬਾਗ ਜਿੱਥੇ ਪੂਰਨ ਠਹਿਰਿਆ ਸੀ ਉਹ ਹਰਾ ਹੋ ਗਿਆ ਸੀ। ਉਹਦੀ ਮਾਂ ਇੱਛਰਾ ਦਾ ਦੋ ਰੋ ਰੋ ਕੇ ਬੁਰਾ ਹਾਲ ਹੋ ਗਿਆ ਸੀ। ਉਹ ਇੰਨੀ ਹੋ ਗਈ ਸੀ, ਜਦੋਂ ਉਸਨੂੰ ਪਤਾ ਲੱਗਾ ਕਿ ਭਗਤ ਪੂਰਨ ਸਿਆਲਕੋਟ ਆਇਆ ਹੈ ਤਾਂ ਉਹ ਉਸ ਦਰਸ਼ਨਾਂ ਲਈ ਆਈ। ਜਿਉਂ ਹੀ ਪੂਰਨ ਦੀ ਆਵਾਜ਼ ਸੁਣੀ ਉਸਨੇ ਝੱਟ ਪਛਾਣ ਲਿਆ ਅਤੇ ਉਸਦੀਆਂ ਅੱਖਾਂ ਦੀ ਰੋਸ਼ਨੀ ਦੁਬਾਰਾ ਆ ਗਈ। ਇਸੇ ਤਰ੍ਹਾਂ ਲੂਣਾ ਦੇ ਘਰ ਵੀ ਕੋਈ ਔਲਾਦ ਨਹੀਂ ਸੀ। ਉਹ ਵੀ ਰੋਂਦੀ ਰੋਂਦੀ ਪੂਰਨ ਕੋਲ ਆ ਪਹੁੰਚੀ। ਪੂਰਨ ਭਗਤ ਨੇ ਕਿਹਾ, ਤੇਰੇ ਕੋਲ ਤਾਂ ਪਹਿਲਾਂ ਹੀ ਪੁੱਤਰ ਹੈ, ਹੁਣ ਤੂੰ ਕੀ ਲੈਣ ਆਈ ਹੈ? ਪਹਿਲਾਂ ਤਾਂ ਲੂਣਾ ਨੇ ਝੂਠ ਬੋਲਿਆ, ਫਿਰ ਹੌਲੀ ਹੌਲੀ ਮੰਨ ਗਈ ਅਤੇ ਆਪਣੇ ਕੀਤੇ ਗੁਨਾਹ ਦਾ ਪਛਤਾਵਾ ਕਮੰਨਿਆ। ਤਦ ਫਿਰ ਪੂਰਨ ਨੇ ਆਸ਼ੀਰਵਾਦ ਦਿੱਤਾ ਕਿ ਉਸਦੇ ਘਰ ਪੁੱਤਰ ਵੀ ਹੋਵੇਗਾ, ਉਹ ਵੱਡਾ ਹੋ ਕੇ ਸੂਰਬੀਰ ਬਣੇਗਾ। ਕੁਝ ਚਿਰ ਪਿੱਛੋਂ ਲੂਣਾ ਦੇ ਘਰ ਇੱਕ ਪੁੱਤ ਨੇ ਜਨਮ ਲਿਆ ਜੋ ਰਾਜਾ ਰਸਾਲੂ ਦੇ ਨਾਂ ਨਾਲ ਪ੍ਰਸਿੱਧ ਹੋਇਆ। ਸਲਵਾਨ ਨੂੰ ਜਦੋਂ ਪੂਰਨ ਭਗਤ ਨੇ ਸਾਰੀ ਹੜਬੀਤੀ ਸੁਣਾਈ ਤਾਂ ਸਲਵਾਨ ਨੇ ਪੂਰਨ ਭਗਤ ਨੂੰ ਕਿਹਾ ਕਿ ਉਹ ਸਾਰਾ ਰਾਜ ਭਾਗ ਸੰਭਾਲੇ। ਬਦ ਪੂਰਨ ਅਤੇ ਨਿਮਰਤਾ ਨਾਲ ਕਿਹਾ, ਮੈਨੂੰ ਮਾਇਆ ਨਾਲ ਮੋਹ ਨਹੀਂ। ਕੁਝ ਦਿਨ ਮਾਂ ਪਿਓ ਕੋਲ ਗੁਜ਼ਾਰਨ ਤੋਂ ਬਾਅਦ ਉਹ ਅੱਗੇ ਚਲਾ ਗਿਆ। ਕਹਿਣ ਲੱਗਿਆ,
जोगी चलदे परे नगर वसदे। यानी कि उन्होंने की दस्या इस कहानी दे विच कि जिथे भी अपना परमात्मा दे नाम दे नाल रहना चाहिदा है ते की है सिद्धी सिफ सलाह करनी चाहिदी है। धन्यवाद।